ਜੀ ਬਾਬਾ ਜੀ, ਤੁਸੀਂ ਇਹ ਦੱਸੋ ਵੀ ਅੱਜ ਕੱਲ੍ਹ ਅਦਾਲਤਾਂ ਦੇ ਵਿੱਚ ਤਲਾਕ ਦੀ ਸ਼ਰ੍ਹਾ ਵੱਧ ਗਈ ਹੈ। ਹਰ ਤੀਜੀ ਔਰਤ ਤਲਾਕ ਦਾ ਦਾਅਵਾ ਦਾਇਰ ਕੀਤੀ ਖੜੀ ਹੈ। ਇਹ ਤਲਾਕ ਜ਼ਿਆਦਾ ਥੀਵਣ ਦੀ ਵੱਡੀ ਵਜ੍ਹਾ ਕਿਆ ਹੈ? ਇਹ ਕਿਆ ਮਸਲਾ ਹੈ ਜੋ ਔਰਤਾਂ ਖੜਦਿਆਂ ਨਹੀਂ ਘਰਾਂ ਦੇ ਵਿੱਚ ਤਲਾਕਾਂ ਮੰਗਦੀਆਂ? ਇਹ ਕਿਉਂ ਮੰਗਦੀਆਂ? ਇਹਦਾ ਜ਼ਿੰਮੇਦਾਰ ਕੌਣ ਹੈ ਅਤੇ ਇਹ ਮਸਲੇ ਦਾ ਹੱਲ ਕਿਆ ਹੈ? ਬਿਸਮਿਲ੍ਲਾ ਰਹਿਮਾਨ ਰਹੀਮ ਮਾਰਕਾ, ਸਲਾਮ ਅਲੈਕੁਮ ਸਾਰਾ ਪਾਕਿਸਤਾਨ ਦੇ ਬਾਕੀ ਮੁਲਕੀ। ਮੇਰੀ ਗੁਜ਼ਾਰਿਸ਼ ਇਹ ਹੈ ਕਿ ਜਿਹੜੀ ਤਲਾਕ ਵਾਲੀ ਗੱਲ ਆਖੀ ਗਈ ਹੈ, ਇਹ ਢੇਰ ਵਜੂਹਾਤ ਹਨ, ਮੈਂ ਦੂਤਰਾ ਪੇਸ਼ ਕਰ ਦੇਣਾ। ਪਹਿਲੀ ਗੱਲ ਦਾ, ਸਾਡਾ ਪਾਕਿਸਤਾਨ ਬੁੱਕੜ ਥੱਕ ਗਏ। ਦੂਜੀ ਗੱਲ ਹੈ, ਜਿਹੜੇ ਸਫੈਦ ਮੁਰਗੀ ਹੈ ਨਾ, ਬਰੈਲਰ ਮੁਰਗੀ, ਇਹ ਲੋਕ ਬਹੁ ਖਾਂਦੇ ਪੈਣ। ਇਹਦੀ ਵਜ੍ਹਾ ਕੋਲੋਂ ਮਰਦ ਜਿਹੜੇ ਹਨ ਤਕਰੀਬਨ ਜਿਵੇਂ ਖੱਸੀ ਡਾਂਦ ਆਉਂਦੇ ਉਵੇਂ ਥੀ ਗਏ, ਅਰਦੇ ਸ਼ਾਦੀਆਂ ਦਾ ਕਰ ਗਿਨਣ, ਔਰਤ ਦੇ ਕਾਬਿਲ ਨਹੀਂ ਆਉਂਦੇ, ਔਰਤ ਔਖਤੀ ਥੀਂਦੀ ਹੈ ਅਤੇ ਉਹ ਟੁਰ ਪਾਉਂਦੀ ਅੱਗਾਂ ਦਿਰ, ਵੱਧਦੀ ਵੱਧਦੀ ਅਦਾਲਤਾਂ 'ਚ ਪਹੁੰਚ ਜਾਂਦੀ ਹੈ। ਅਦਾਲਤ ਸ਼ੁਕਰ ਹੈ ਅਦਾਲਤ 'ਤੇ ਵੰਜੇ, ਕੋਈ ਡਰ ਨਹੀਂ, ਕੁੱਤੇ ਲੋਕਾਂ ਕੋਲ ਨਾ ਵੰਜੇ। ਬਈ ਪੋਜੀਸ਼ਨ ਇਹ ਬਈ, ਇਹਦੇ ਬਾਅਦ ਕੋਈ ਵੈਗਰਾ ਖਾਣ ਤਾਂ ਲੋਕ ਮਰਦਾਂ ਕੋ ਆਦਤ ਹੈ, ਅੰਗਰੇਜ਼ੀ ਦਵਾਈ ਜਾਂ ਚਰਸ ਪੀ ਗਿੱਦਾ, ਹਫੀਮ ਖਾ ਗਿੱਦੀ ਜਾਂ ਨਸ਼ਾ ਕਰ ਗਿੱਦਾ, ਕੋਈ ਭੰਗ ਪੀ ਗਿੱਦੀ, ਵਾਹ ਕਹਿੰਦੇ ਝੱਟ। ਲਿਹਾਜ਼ਾ ਉਹ ਮਾਇਆ ਕਿਆ ਕਰਨ, ਮਾਇਆ ਮਜਬੂਰ ਥੀ ਜਾਣ, ਉਹ ਸੋਚਣ ਜਾਣ ਅਸਾਂ ਚੰਗੇ ਸੋਹਣੇ ਬਾਲ ਜਾਊਂ ਔਰ ਅਸਾਂ ਅੱਛਾ ਕੰਮ ਕਰੂੰ। ਅੱਛੇ ਕੰਮ ਦਾ ਨਤੀਜਾ ਇਹੀ ਹੋਏ ਕਿ ਉਹ ਮਜਬੂਰ ਥੀ ਜਾਣ, ਕੋਈ ਨਾ ਕੋਈ ਰਾਏ ਦੇਵਣ ਵਾਲਾ ਪੁੱਜ ਵੈਂਦੇ ਵੀ ਚਲੋ ਤਲਾਕ ਗਿਨੋ ਚਾਹੇ ਤੁਹਾਡੇ ਕੰਮ ਦਾ ਖਾਮਦ ਕਹਿ। ਅੱਛਾ, ਇਹ ਤਲਾਕ ਦੀ ਸ਼ਰ੍ਹਾਂ ਰੋਕ ਕੇ ਵਾਂਝ ਸਕਦੇ? ਕੋਈ ਤਰੀਕਾ ਹੈ? ਕੋਈ ਤਰੀਕਾ ਹੈ ਤੁਹਾਡੇ ਕੋਲ? ਹੈ ਇਵੇਂ ਹੈ, ਜੋ ਜਿਹੜੇ ਬੰਦੇ ਕੋਲ ਮਰਦ ਕੋਲ ਕਮੋ ਬੇਸ਼ੀ ਹੈ, ਉਹਦੇ ਵਾਸਤੇ ਅਸਾਂ ਇਹ ਕੈਪਸੂਲ ਬਣਾ ਕੇ ਰੱਖੇ ਹੋਏ ਹਨ 20 ਹਫ਼ਤੇ। ਇਹ ਕੈਪਸੂਲ ਜਿਹੜੇ ਹਨ ਇਹ ਘਿਨ ਮੰਜਨ, ਔਰ ਇੱਕ ਸਵੇਰੇ ਖਾਵੇ ਕੈਪਸੂਲ, ਇੱਕ ਸ਼ਾਮ ਕੋ ਮਰਦ ਖਾਵੇ। ਇਹ ਖਾਸੀ ਮਹੀਨਾ 2 ਮਹੀਨੇ ਉਹ ਬਿਲਕੁਲ ਨੌਜਵਾਨ ਦੀ ਕਲੀ ਸੀ, ਭਜਦਾ ਵਧਾਓ ਸੀ, ਠੀਕ ਹੋ ਸੀ, ਆਖ ਸੀ ਮੇਰੀ ਬਈ ਸ਼ਾਦੀ ਵੀ ਕਰੋ, ਮੇਰੀ ਬਈ ਕਰੋ, ਠੀਕ ਹਰਾਮ ਪੜਾ ਨਹੀਂ ਕਰਨਾ, ਗਲਤੀਆਂ ਨਹੀਂ ਕਰਨੀਆਂ, ਠੀਕ ਹੈ। ਵੱਲ ਉਹ ਕੰਮ ਦੇ ਟੁਰ ਪੋ ਸੀ, ਉਹਦਾ ਆਲਸ ਖਤਮ ਥੀ ਵੇ ਸੀ, ਉਹਦੇ ਜਿਹੜੇ ਹੱਡਿਆਂ ਦਰਦ ਦੇ ਉਹ ਇੱਕ ਛੋੜ ਵੇ ਸੀ, ਠੀਕ ਹੈ। ਉਹ ਕੰਮ ਕਰਨ ਲੱਗ ਪਈ ਸੀ, ਲੈ ਕੰਮ ਕਰੇ ਸੀ, ਰੋਜ਼ੀ ਆਸੀ ਆਸੀ, ਠੀਕ ਹੈ। ਮਾਇਆ ਘਰ ਬਾਸਨ, ਤਲਾਕ ਨਾ ਮੰਗਸਨ, ਠੀਕ ਹੋ ਗਿਆ ਜੀ।